ਹਾਂਜੀ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਦ ਚੈਨਲ। ਕੀ ਹਾਲ ਚਾਲ ਜੀ ਸਾਰਿਆਂ ਦਾ। ਅੱਜ ਦੇ ਵਲੌਗ 'ਚ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਆਪਣਾ ਡੇ ਦਾ, ਪੂਰੇ ਡੇ ਦਾ ਰੂਟੀਨ ਕੀ ਹੈ ਸਾਡਾ, ਨੋਰਮਲ ਸੈਟਰਡੇ ਵੀਕਐਂਡ ਦਾ ਰੂਟੀਨ, ਬਿਕੋਜ਼ ਵੀਕਡੇਜ਼ ਆਰ ਬਿਟ ਬੋਰਿੰਗ, ਜੋਬ ਵਗੈਰਾ ਹੁੰਦੀ ਹੈ। ਅਤੇ ਵੀਕਐਂਡ 'ਚ ਅਸੀਂ ਕੀ ਕਰਦੇ ਹਾਂ, ਹੁਣ ਅਸੀਂ ਉੱਠੇ ਹਾਂ, ਹੁਣ 9 ਵੱਜ ਗਏ ਨੇ, ਅਸੀਂ ਅਪਰੋਕਸੀਮੇਟਲੀ 8 ਵਜੇ ਉੱਠੇ ਅਤੇ ਉੱਠ ਕੇ ਅਸੀਂ ਇੱਥੇ ਬਾਹਰ ਤੱਕ ਦਾ ਸਫ਼ਰ ਤੈਅ ਕੀਤਾ। ਇੱਦਾਂ ਲੱਗ ਰਹੇ ਹਾਂ ਅਸੀਂ ਬੈਠੇ, ਅਤੇ ਆਹ ਸਾਡੀ ਯੂਟਿਊਬ ਹੈ। ਯੂਟਿਊਬ 'ਤੇ ਸਾਡੇ ਮੋਰਨਿੰਗ 'ਚ ਕੀ ਕੀ ਉੱਪਰ ਪਿਆ ਹੈ ਤੁਸੀਂ ਦੇਖ ਲਓ। ਅਤੇ ਅਸੀਂ ਥੋੜ੍ਹੇ ਜਿਹੇ ਗਾਣੇ ਸੁਣੇ, ਹੁਣ ਸਟਾਰਟ ਅਸੀਂ ਕੀਤਾ ਧੁੰਦ ਦੀ ਖੁਸ਼ਬੂ ਕਾਕਾ, ਐਂਡ ਦੈਨ ਇਟ ਵੈਂਟ ਪਲੇਇੰਗ ਔਨ ਅਰਜਨਟੀਲੋ। ਹੁਣ ਬ੍ਰੇਕਫਾਸਟ ਬਣ ਰਿਹਾ, ਅਤੇ ਬ੍ਰੇਕਫਾਸਟ ਦੇਖਦੇ ਹਾਂ ਬ੍ਰੇਕਫਾਸਟ 'ਚ ਕੀ ਬਣ ਰਿਹਾ। ਲੈਟਸ ਗੋ, ਯੂ ਹੈਵ ਹਾਂਜੀ, ਵਾਟਸ ਇਨ ਦ ਬ੍ਰੇਕਫਾਸਟ? ਹੈਲੋ ਰੀਚ, ਅੱਜ ਬ੍ਰੇਕਫਾਸਟ ਅਸੀਂ ਪੈਨਕੇਕ ਖਾ ਰਹੇ ਹਾਂ, ਜੋ ਕਿ ਅਸੀਂ ਨੋਰਮਲੀ ਨਹੀਂ ਖਾਂਦੇ। ਨੋਰਮਲੀ ਅਸੀਂ ਖਾਂਦੇ ਹਾਂ ਕੁਛ ਵੀ ਥੋੜ੍ਹਾ ਬਹੁਤ ਹੈਲਦੀ, ਜੋ ਵੀਕਡੇਜ਼ 'ਚ ਜਾਂਦੇ ਹਾਂ ਸਮੂਦੀ ਵਗੈਰਾ ਪੀ ਲੈਂਦੇ ਮੋਰਨਿੰਗ 'ਚ, ਅਤੇ ਬੱਚੇ ਖਾ ਲੈਂਦੇ ਨੇ, ਜੋ ਕਿ ਉਹਨਾਂ ਵਾਸਤੇ ਕੁਛ ਵੀ ਖਾਣਾ ਗੁੱਡ ਹੀ ਹੈ। ਆਪਾਂ ਅੱਜ ਖਾਂਦੇ ਹਾਂ ਪੈਨਕੇਕ, ਬ੍ਰੇਕਫਾਸਟ ਖਾਂਦੇ ਹਾਂ, ਜੋ ਕਿ ਨੋਟ ਹੈਲਦੀ, ਸਮਟਾਈਮਸ ਹੈਲਦੀ ਵਰਜਨ ਵੀ ਖਾਈਦਾ। ਕੋ ਬੈਠ ਗਏ ਨੇ ਰੀਚ ਕੋਲ, ਹੁਣ ਇੱਥੇ ਕਾਰਟੂਨ ਦੇਖਦੇ ਦੇਖਦੇ ਇਹ ਖਾਣਗੇ। ਕੀ ਖਾਓਗੇ ਰੀਚ, ਹੈ ਕੀ ਖਾਣਾ ਸੀ? ਟੋਸਟ, ਨਾਈਸ। ਪੈਨਕੇਕ ਰੀਚ ਕੇ, ਪੈਨਕੇਕ ਪੈਨਕੇਕ ਚੇਂਜ ਆਫ ਪਲੈਨ ਹੋ ਗਿਆ, ਹੁਣ ਅਸੀਂ ਖਾ ਰਹੇ ਹਾਂ ਪ੍ਰੋਟੀਨ ਪੈਨਕੇਕ। ਹਾਂਜੀ, ਆਪਾਂ ਕਿਤੇ ਚੱਲਦੇ ਹਾਂ ਬਾਹਰ, ਥੋੜ੍ਹਾ ਜਿਹਾ ਗਰੋਸਰੀ ਲੈ ਕੇ ਆਉਣੀ ਹੈ, ਅਤੇ ਆਪਾਂ ਹੋਰ ਵੀ ਇੱਕ ਦੋ ਚੀਜ਼ਾਂ ਲੈਣੀਆਂ ਨੇ, ਅਤੇ ਆਪਾਂ ਚੱਲਦੇ ਹਾਂ ਥੋੜ੍ਹਾ ਆਊਟਸਾਈਡ ਆਫ ਦਾ ਹਾਊਸ। ਸੈਟਰਡੇ ਘਰ ਰਹਿਣਾ ਬਹੁਤ ਹਾਰਡ ਹੈ, ਅਤੇ ਅੱਜ ਸ਼ਾਮ ਨੂੰ ਸਾਡੇ ਘਰ ਗੈਸਟ ਵੀ ਆ ਰਹੇ ਨੇ, ਤੁਹਾਨੂੰ ਉਹਨਾਂ ਨਾਲ ਵੀ ਮਿਲਾਉਂਦੇ ਹਾਂ, ਅਤੇ ਹੁਣ ਚੱਲਦੇ ਹਾਂ ਆਪਾਂ ਬਾਹਰ। ਲੈਟਸ ਗੈਟ ਰੈਡੀ। ਇਹ ਹੈ ਸਾਡਾ ਛੋਟਾ ਜਿਹਾ ਸ਼ੂਜ਼ ਦਾ ਕਲੈਕਸ਼ਨ। ਅਸੀਂ ਜਾ ਰਹੇ ਸੀ ਕੋਸਕੋ ਨੂੰ, ਅਤੇ ਕੋਸਕੋ ਜਾਂਦੇ ਰਸਤੇ 'ਚ ਇੱਕ ਮੈਕਡੋਨਲਡ ਆਇਆ, ਅਤੇ ਮੈਕਡੋਨਲਡ 'ਚ ਅਸੀਂ ਸੋਚਿਆ ਕਿ ਲੈ ਲਈਏ ਇਹਦੀ ਵਾਸਤੇ ਕੁਛ। ਜੀ ਵੈਲਕਮ ਬੈਕ, ਅਸੀਂ ਲੈ ਕੇ ਆਏ ਹੁਣ ਗਰੋਸਰੀ ਕੋਸਕੋ ਤੋਂ, ਅਤੇ ਬੱਚੇ ਸੋ ਰਹੇ ਨੇ। ਕੁਇਕ ਸ਼ੋਪਿੰਗ ਕੀਤੀ ਗਰੋਸਰੀ ਦੀ ਕੋਸਕੋ ਤੋਂ, ਗੈਸਟ ਆਉਣਗੇ ਤਾਂ ਬਾਹਰ ਬਣਦੇ। ਮੀਨਵਾਈਲ ਡਿਟੇਲ ਸ਼ੂਟ ਕਰਨ ਵਾਸਤੇ, ਜੇ ਹੁਣ ਘਰ 'ਚ ਆ, ਘਰ 'ਚ ਆਪਾਂ ਯੂਜ਼ ਕਰ ਹੀ ਸਕਦੇ ਵੱਡਾ ਕੈਮਰਾ, ਹੈ ਨਾ? ਔਰ ਸਟਿਲ ਹਾਂ, ਸਟਿਲ ਜੀ ਵੀ ਡਿਟੇਲ ਉਹ ਬਹੁਤ ਵਧੀਆ ਖਿੱਚੇਗਾ ਭਾਅ ਜੀ। ਕੀ ਕਹਿਣਾ ਹੁਣ, ਜੋ ਆਪ ਖਾਓਗੇ ਉਸਕੀ ਰਿਕਾਰਡਿੰਗ ਕਿਤਨਾ ਖਾਤੇ ਹੋ, ਤੁਹਾਨੂੰ ਪਤਾ ਲੱਗ ਗਿਆ। ਸਾਰੇ ਆਪਣੀ ਆਪਣੀ ਪਲੇਟ, ਛੋਟਾ ਮੈਂ ਭਾਈ ਵਲੌਗ ਲਾਈਵ ਹੋਇਆ ਹੁਣੇ, ਦੇਖਿਆ ਤੂੰ, ਤੈਨੂੰ ਆ ਗਈ ਨੋਟੀਫਿਕੇਸ਼ਨ ਵਲੌਗ ਦੀ? ਹਾਂ, ਉਹ ਹੈ ਆਪਣੇ ਆਪਣੇ ਦੋਵਾਂ ਵਾਲੇ, ਬਸ ਉਹ ਪਾਇਆ ਹੈਗਾ, ਇੱਕ ਦੇਖੋ। ਇਹ ਭਾਅ ਜੀ ਕ੍ਰੈਨਬੇਰੀ ਅਤੇ ਵੋਡਕਾ ਨਾਲ ਆਪਾਂ ਜਾ ਰਹੇ ਕੋਕਟੇਲ। How much you want? 20 ml 40 ml.
ਬਸ ਇੱਕ ਸਟ੍ਰਾਬੇਰੀਆਂ ਤੁਹਾਡੇ ਕੋਲ ਕੁਝ ਮੁੱਕੀਆਂ ਹੋਈਆਂ ਨੇ ਤੇ ਸਟ੍ਰਾਬੇਰੀਆਂ ਉੱਪਰ ਲਾ ਦਿੰਦੇ ਭਾਈ ਜਿਹੜੀ ਕਾਕਟੇਲ ਮੰਗਾਈ ਹੈ ਨਾ ਮੈਨੂ ਚ ਦੇਖ ਕੇ ਉਹ ਫਿਰ ਮੋਟੀਵੇਟ ਨਹੀਂ ਹੁੰਦੀ ਕਰ ਦਿਆਂਗੇ ਚੱਕਦੇ ਨੇ ਵੱਡੇ ਨਾਲੇ ਪਸੰਦ ਨਹੀਂ ਨਾਲੇ ਦੇ ਲਓ ਪੱਟੇ ਕਹਿ ਰਿਹਾ ਨਿੰਬੂ ਨਾਲ ਠੀਕ ਹੋ ਜਾਂਦੀ ਬਾਈ ਥੋੜ੍ਹੀ ਦੇਰ ਮੈਨੂੰ ਵਧੀਆ ਲੱਗਦਾ ਨਾ ਕੌੜੀ ਲੱਗ ਰਹੀ ਹੈ ਨਾ ਮਿੱਠੀ ਲੱਗ ਰਹੀ ਹੈ ਕਹਿੰਦਾ ਨੋ ਮੀਡੀਅਮ ਰੇਅਰ ਬਲੱਡ ਨਹੀਂ ਚਾਹੀਦਾ ਮੈਨੂੰ ਮੈਂ ਕਿਹਾ ਯਾਰ ਮੈਂ ਤੂੰ ਸਟੱਡੀ ਕਰੀ ਹੈ ਮੈਂ ਅੱਜ ਤੱਕ ਨਹੀਂ ਸੁਣੀ ਇਹ ਗੱਲ ਮੈਂ ਕਿਹਾ ਹਾਂਜੀ ਭਾਈ ਤੇ ਡਿਸਕਸ਼ਨ ਹੋ ਰਹੀ ਸੀ ਪਿਆਜ਼ ਧੋਣਾ ਚਾਹੀਦਾ ਕਿ ਨਹੀਂ ਧੋਣਾ ਚਾਹੀਦਾ ਤੇ ਪਿਆਜ਼ ਦਾ ਕੰਪੈਰੀਸਨ ਭਾਜੀ ਨੇ ਕੀਤਾ ਕੇਲੇ ਹੁਣ ਸੁਪਰੀਮ ਕੋਰਟ ਤੋਂ ਆਦੇਸ਼ ਆ ਜਾਣਾ ਉਹ ਕਹਿੰਦੇ ਕੇਲਾ ਨਹੀਂ ਧੋਣਾ ਤਾਂ ਧੋਣਾ ਚਾਹੀਦਾ ਕਿ ਨਹੀਂ ਧੋਣਾ ਚਾਹੀਦਾ ਧੋਣਾ ਚਾਹੀਦਾ ਕਿਉਂ ਨਹੀਂ ਧੋਣਾ ਚਾਹੀਦਾ ਸਾਡੇ ਤੋਂ ਡਬਲ ਹੋ ਗਏ ਭਾਜੀ ਤੇ ਕੇਕ ਬਹੁਤ ਨਾਈਸ ਹੈ ਭਾਈ ਥੈਂਕ ਯੂ ਭਾਈ ਕੇਕ ਵਾਸਤੇ ਬਹੁਤ ਥੈਂਕ ਯੂ ਭਾਈ ਕੇਕ ਬਹੁਤ ਨਾਈਸ ਹੈ ਜੇ ਕੋਈ ਹੱਸਦਾ ਨਾ ਕਿ ਗੱਲ ਤੇ ਮੈਨੂੰ ਲੱਗਦਾ ਝੂਠ ਬੋਲਦਾ ਮੈਂ ਝੂਠ ਨਹੀਂ ਬੈਕਅਪ ਨਹੀਂ ਕਰ ਰਿਹਾ ਕੋਈ ਵੀ ਚੀਜ਼ਾਂ ਬੈਕਅਪ ਨਹੀਂ ਕਰੀਆਂ ਇਹਨੇ ਤੁਹਾਡਾ ਇਹ ਤਾਂ ਰਿਹਾ ਸਭ ਨਹੀਂ ਜੀ ਉਹ ਅਸੀਂ ਤੇ ਮਨਾਉਂਦੇ ਨਹੀਂ ਹੁੰਦੇ ਐਨੀਵਰਸਰੀ ਨਹੀਂ ਐਨੀਵਰਸਰੀਆਂ ਅਸੂਟ ਨਾ ਹਾਂ ਸੂਟ ਲਾ ਦੇ ਨਾ ਉੱਥੇ ਡੇਕ ਚੱਲਿਆ ਸੀ ਉਹ ਤੇ ਡੇਕ ਚੱਲਿਆ ਮੈਂ ਗੱਡੀ ਦੀ ਰੇੜੇ ਚਲਾ ਕੇ ਆਇਆ ਨਹੀਂ ਅਲਾਰਮ ਹੀ ਹੈ ਕਰਦੀ ਚਲੋ ਖਵਾਈ ਦਾ ਵੀ ਮੈਂ ਦੇਖਦੀ ਮੈਂ ਕੀ ਆਈ ਫੀ ਡਾੜਾ ਓ ਨਾ 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 ਕਾਟੇ ਬੇਟਾ ਇੱਕ ਜਨ ਵੀ ਦੋ ਰੀਜਨ ਟਾਈਮ ਸਮ ਆਪ ਐਡਿਟ ਕਰੋ ਆਪ ਹੈਪੀ ਐਨੀਵਰਸਰੀ ਦਾ ਵੀ ਤਾਂ ਸੌਂਗ ਹੋਣਾ ਚਾਹੀਦਾ ਕੋਈ ਵੀ ਕੀ ਬੋਲੇ ਬੰਦਾ ਉਹਨਾਂ ਨੂੰ ਪਤਾ ਹੀ ਨਹੀਂ ਉਦਾਸ ਹੋ ਗਏ ਉਦਾਸ ਕਿਉਂ ਹੋ ਜਾਂਦੇ ਉਹਨਾਂ ਨੂੰ ਪਤਾ ਹੀ ਹੈ ਵੀ ਉਹਨਾਂ ਨੂੰ ਪਤਾ ਉਦਾਸੀ ਦਾ ਮਾਹੌਲ ਹੁੰਦਾ ਬਹੁਤ ਹੋ ਗਿਆ ਗੈਸ ਤੁਹਾਨੂੰ ਵੀ ਵਧਾਈਆਂ ਸਾਡੀ ਐਨੀਵਰਸਰੀ ਮੇਕਅਪ ਹੋ ਗਿਆ What are you guys doing? What are you guys doing?
We're making the candle go again. Curry understanding है। हाँ। डर डर है। हाँ जी ते होना जी see off कीता अपने friends नू। हो गए अपने कार ते हो गए रात दे साढे बारा या सुबह दे लाल साढे बारा आज गए ने ते अज दार दिन इधर दार या कुछ। जय हों तक channel subscribe नहीं कीता तो please channel subscribe कर लो। जब video बढ़िया लगी तो like कर लो। नहीं बढ़िया लगी तो dislike कर दो। ते तुसी इहनूं शेयर कर दो एक दे नाल दो दे नाल या सौ दे नाल। हुण असीं तुहानूं मिलदे हां अगले व्लॉग 'च। उदों तक लई रब रखा।